ਅੱਜ ਮਨੁੱਖ ਚਾਹੇ ਮੰਗਲ ਗ੍ਰਹਿ ਤੱਕ ਪਹੁੰਚ ਚੁੱਕਾ ਏ ਪਰ ਫਿਰ ਵੀ ਦੇਸ਼ ਵਿੱਚ ਕੁਝ ਅਜਿਹੇ ਪਿੰਡ ਨੇ ਜੋ ਆਜ਼ਾਦੀ ਦੇ 74 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਦੇ ਬਾਕੀ ਹਿੱਸੇ ਤੋਂ ਕੱਟੇ ਹੋਏ ਨੇ ਤੇ ਵਿਕਾਸ ਤੋਂ ਸੱਖਣੇ ਨੇ ਪਾਕਿਸਤਾਨ ਨਾਲ ਲੱਗਦੀ ਪਠਾਨਕੋਟ ਸਰਹੱਦ ਤੇ ਅਜਿਹਾ ਹੀ ਇੱਕ ਪਿੰਡ ਏ ਸਕੋਲ ਜੋ ਤਿੰਨ ਪਾਸਿਓਂ ਕਮਾਂਤਰੀ ਸਰਹੱਦ ਤੇ ਇੱਕ ਪਾਸਿਓਂ ਤਰਨਾ ਦਰਿਆ ਨਾਲ ਕਿਰਿਆ ਹੋਇਆ ਸੀ ਪਰ ਭਾਰਤੀ ਫੌਜ ਨੇ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਤਰਨਾ ਦਰਿਆ ਤੇ ਬੈਲੀ ਪੁਲ ਬਣਾ ਕੇ ਪਿੰਡ ਵਾਸੀਆਂ ਨੂੰ ਇੱਕ ਨਵਾਂ ਜੀਵਨ ਦਿੱਤਾ ਏ ਇਸ ਬੈਲੀ ਪੁਲ ਨਾਲ ਹੁਣ ਇਸ ਕੋਲ ਪਿੰਡ ਦੇਸ਼ ਦੇ ਬਾਕੀ ਹਿੱਸੇ ਨਾਲ ਜੁੜ ਗਿਆ ਏ ਜਿਸ ਨਾਲ ਇਸ ਪਿੰਡ ਦਾ ਵਿਕਾਸ ਹੋ ਸਕੇਗਾ ਪਿੰਡ ਵਾਸੀਆਂ ਅਨੁਸਾਰ ਬਰਸਾਤ ਦੇ ਦਿਨਾਂ ਵਿੱਚ ਤਰਨਾ ਦਰਿਆ ਵਿੱਚ ਬਹੁਤ ਪਾਣੀ ਹੁੰਦਾ ਸੀ ਤੇ ਉਸ ਵੇਲੇ ਇਹ ਲੋਕ ਆਪਣੇ ਘਰਾਂ ਤੋਂ ਨਹੀਂ ਸੀ ਨਿਕਲ ਪਾਉਂਦੇ ਜੇ ਰਾਤ ਸਮੇਂ ਕੋਈ ਬਿਮਾਰ ਹੋ ਜਾਂਦਾ ਤਾਂ ਇਹਨਾਂ ਲੋਕਾਂ ਨੂੰ ਸਵੇਰ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਤੇ ਸਵੇਰੇ ਫੌਜ ਦੀ ਮਦਦ ਨਾਲ ਮਰੀਜ਼ ਨੂੰ ਡਾਕਟਰ ਕੋਲ ਲਿਜਾਇਆ ਜਾਂਦਾ ਸੀ ਪਿੰਡ ਦੇ ਲੋਕਾਂ ਵਾਸਤੇ ਫੌਜ ਵੱਲੋਂ ਤਿਆਰ ਕੀਤਾ ਗਿਆ ਬੈਲੀ ਪੁਲ ਇੱਕ ਵਰਦਾਨ ਸਾਬਿਤ ਹੋਇਆ ਏ ਪੁਲ ਦੀ ਉਸਾਰੀ ਮਗਰੋਂ ਪਿੰਡ ਵਾਸੀਆਂ ਦੇ ਇੱਕ ਵਸਨੀਕ ਸੁਰਜੀਤ ਸਿੰਘ ਨੇ ਕਿਹਾ ਕਿ ਸਹੀ ਮਾਇਨੇ ਵਿੱਚ ਉਹ ਅੱਜ ਆਜ਼ਾਦ ਹੋਏ ਨੇ। ਟ੍ਰੇਫ ਵਾਲਿਆਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਉਹਦਾ ਕਰਨੇ ਕਿ ਜਿਨ੍ਹਾਂ ਦੇ ਅੰਦਰੇ ਰੋਡ ਆਣ ਕਰਕੇ ਤੇ ਇਹ ਬੈਲੀ ਬ੍ਰਿਜ ਦਾ ਇਹਨਾਂ ਨਾਲ ਗੱਲ ਕੀਤੀ ਸਾਡੇ ਜੈ ਸਿੰਘ ਸਾਹਿਬ ਨੇ ਇੱਥੇ ਮਹਾਵੀਰ ਸਾਹਿਬ, ਤਰਸੀਮ ਸਾਹਿਬ ਤੇ ਜਦੋਂ ਇਹਨਾਂ ਆ ਕੇ ਇੱਥੇ ਸਾਡੇ ਏਰੀਆ 'ਚ ਦੇਖਿਆ ਤਾਂ ਵੀ ਆਪਣੀ ਪੰਚਾਇਤ ਨੂੰ ਲੈ ਕੇ ਸ਼ਾਂਭੇ ਇਹਨਾਂ ਦਾ ਹੈੱਡਕੁਆਰਟਰ ਕਮਾਂਡੈਂਟ ਬੈਠਦਾ। ਉੱਥੇ ਅਸੀਂ ਘੱਟੋ-ਘੱਟ ਕੋਈ 5-6 ਚੱਕਰ ਗਏ ਆ ਉਹਨਾਂ ਨੂੰ ਕਿਹਾ ਲੇਕਿਨ ਜਾਣ ਤੋਂ ਬਾਅਦ ਉਹਨਾਂ ਸਾਡੀ ਗੱਲ ਵੀ ਮੰਨੀ ਐ। ਤੇ ਜਿਸ ਕਰਕੇ ਨਾਲ ਬੜੀ ਜਲਦੀ ਆ 15 15 16 ਦਿਨਾਂ ਦੇ ਵਿੱਚ ਪੁਲ ਬਣਾ ਦਿੱਤਾ ਤੇ ਸਾਡੇ ਜਿਹੜੇ ਬੱਚੇ ਸੀ ਮਈ ਮਹੀਨੇ ਤੋਂ ਲੈ ਕੇ ਤੇ ਅਕਤੂਬਰ ਮਹੀਨੇ ਤੱਕ ਸਾਡੇ ਬੱਚਿਆਂ ਦਾ ਸਕੂਲ ਜਾਣ ਦਾ ਬਹੁਤ ਆਣਾ ਜਾਣਾ ਜਿਹੜਾ ਸੀ

तो जो लोगों का डिमांड था जो फुलफ़िल हुआ है इससे बहुत खुशी है एंड अब इसके साथ साथ हमारा परमानेंट ब्रिज का भी हमने कॉन्ट्रैक्ट एक्सेंड कर रहे हैं और उम्मीद है कि दो साल में ये परमानेंट ब्रिज भी हम बना के देंगे